ਵੀ ਅੱਜ ਆਪਾਂ ਜਾਣਾ ਆ ਜਿਹੜੇ ਆਪਣੇ ਦਰਿਆਏ ਸਤਲੁਜ ਨੇ ਲਾਗੇ ਲਾਗੇ ਪਿੰਡ ਡਬੋਏ ਆ ਪਾਣੀ ਵਿੱਚ, ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੱਲੇ ਤੱਕ ਉੱਥੇ ਬੈਠੇ ਆ, ਜਿਹੜੇ ਮਜਬੂਰ ਲੋਕ ਹੱਲੇ ਤੱਕ ਉੱਥੇ ਬੈਠੇ ਆ, ਉਹ ਮਜਬੂਰ ਕਿਸ ਤਰ੍ਹਾਂ ਆ ਬਾਈ? ਜਿਨ੍ਹਾਂ ਲੋਕਾਂ ਦੇ ਤਾਂ ਸ਼ਹਿਰ ਕੋਈ ਰਿਸ਼ਤੇਦਾਰ ਬੈਠੇ ਸੀਗੇ ਜਾਂ ਉੱਥੋਂ ਹੱਟ ਕੇ ਕਿਤੇ ਇੱਧਰਲੀ ਸਾਈਡ ਦੇ ਰਿਸ਼ਤੇਦਾਰ ਬੈਠੇ ਸੀ, ਉਹ ਉੱਠ ਕੇ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ। ਜਿਨ੍ਹਾਂ ਦੇ ਕੋਈ ਯਾਰ ਸੱਜਣ ਬੈਠੇ ਸੀ ਸ਼ਹਿਰ ਦੇ ਲਾਗੇ ਜਾਂ ਅੱਗੇ ਪਿੱਛੇ ਜਿੱਥੇ ਹੜ੍ਹ ਨਹੀਂ ਆਇਆ, ਉਹ ਉਹਨਾਂ ਦੇ ਕੋਲ ਚਲ ਗਏ। ਜਾਂ ਜਿਨ੍ਹਾਂ ਕੋਲ ਮੱਟੀ ਹੈਗੀ ਸੀ ਬਾਈ, ਉਹ ਲੋਕ ਸ਼ਹਿਰ ਦੇ ਵਿੱਚ ਹੱਥ 'ਤੇ ਕਿਰਾਏ 'ਤੇ ਲੈ ਕੇ ਉੱਥੇ ਆ ਗਏ ਆ। ਜਿਹੜੇ ਲੋਕ ਉੱਥੇ ਬੈਠੇ ਆ ਉਹ ਮਜਬੂਰ ਆ, ਪਰੇਸ਼ਾਨ ਆ, ਉਹਨਾਂ ਕੋਲ ਸਕਤ ਨਹੀਂ ਹੈਗੀ ਉੱਥੋਂ ਉੱਠ ਕੇ ਆਉਣ ਦੀ, ਆਪਣਾ ਘਰ ਦਾ ਸਮਾਨ ਅੱਗੇ ਪਿੱਛੇ ਲੈਣ ਲੈ ਕੇ ਜਾਣ ਦਾ ਕਿਰਾਇਆ ਵੀ ਹੈ ਨਹੀਂ। ਸਭ ਤੋਂ ਵੱਡੀ ਗੱਲ, ਉਹਨਾਂ ਦਾ ਸ਼ਹਿਰ 'ਚ ਕੋਈ ਰਿਸ਼ਤੇਦਾਰ ਹੈ ਨਹੀਂ, ਉਹਨਾਂ ਦਾ ਤੱਲਕ ਵਾਲਾ ਕੋਈ ਨਹੀਂ ਹੈਗਾ, ਕੋਈ ਸ਼ਹਿਰ ਦਾ ਕੋਈ ਹੋਰ ਪਿੰਡ ਦਾ ਤੱਲਕ ਵਾਲਾ ਐਸਾ ਬੰਦਾ ਨਹੀਂ ਹੈਗਾ ਜਿਹੜਾ ਉਹਨਾਂ ਨੂੰ ਆਪਣੇ ਹੱਥ 'ਚ ਬਿਠਾ ਲਵੇ। ਉਹ ਲੋਕ ਵਿਚਾਰੇ ਆਪਣੇ ਘਰਾਂ ਦੇ ਆਲੇ ਦੁਆਲੇ 'ਚੋਂ ਮਿੱਟੀ ਪੱਟ ਕੇ ਉਹ ਆਪਣੇ ਘਰ ਦੇ ਆਲੇ ਦੁਆਲੇ ਬੰਨ ਲਾ ਕੇ ਬੈਠੇ ਆ, ਜਾਂ ਆਪਣੇ ਘਰ ਦਾ ਸਾਰਾ ਸਮਾਨ ਇੱਕ ਕਮਰੇ ਵਿੱਚ ਪਾ ਕੇ ਉਸ ਕਮਰੇ ਦੇ ਆਲੇ ਦੁਆਲੇ ਬੰਨ ਲਾ ਕੇ ਉਸ ਬੰਨ ਦੇ ਉੱਤੇ ਬੈਠੇ ਆ। ਉਹਨਾਂ ਲੋਕਾਂ ਵਾਸਤੇ ਬਾਈ ਜੀ ਆਪਾਂ ਅੱਜ ਰੋਟੀ ਲੈ ਕੇ ਜਾਣੀ ਆ ਦੁਪਹਿਰ ਦੀ ਅਤੇ ਰਾਤ ਦੀ। ਬਾਈ ਜੀ ਇੱਥੋਂ ਜਾਣਾ, ਮੰਡੀਓਂ ਵਿਹਲੇ ਹੋ ਗਏ ਆ, ਸੌਦਾ ਵੇਚ ਲਿਆ ਮੈਂ, ਕੇਲੇ ਦੀਆਂ ਗੱਡੀਆਂ ਸੀ ਦੋ, ਨਾਲੇ ਅੰਬ ਦੀਆਂ ਪੇਟੀਆਂ ਸੀ ਥੋੜ੍ਹੀਆਂ ਜਿਹੀਆਂ, ਵੇਚ ਕੇ ਵਿਹਲੇ ਹੋ ਗਏ ਆ। ਆਪਾਂ ਜਾ ਕੇ ਉੱਥੋਂ ਕਿਸੇ ਨਾਈ ਦੇ ਕੋਲੋਂ ਚੰਗੇ ਕੋਲੋਂ ਦੇਗਾਂ ਪਕਵਾਉਂਦੇ ਚੌਲਾਂ ਦੀਆਂ, ਨਾਲੇ ਪੈਕ ਕਰਾਉਂਦੇ ਹਾਂ, ਪੈਕ ਕਰਾ ਕੇ 250-300 ਬੰਦੇ ਦੀ ਰੋਟੀ ਆਪਾਂ ਲੈ ਕੇ ਜਾਵਾਂਗੇ ਇਨਸ਼ਾਅੱਲਾ ਤਾਲਾ। ਜਾ ਕੇ ਉੱਥੇ ਬਾਈ ਜੀ ਜਿਹੜੇ ਬੰਦੇ ਬੰਨਾਂ ਦੇ ਉੱਤੇ ਬੈਠੇ ਆ, ਆਪਣੇ ਘਰ ਦਾ ਮਾਲ ਡੰਗਰ ਦਾ ਸਮਾਨ ਇੱਕ ਕਮਰੇ 'ਚ ਬੰਦ ਕਰਕੇ ਉਹਦੇ ਆਲੇ ਦੁਆਲੇ ਬੰਨ ਲਾ ਕੇ ਉਸ ਬੰਨ ਉੱਤੇ ਮੰਜੀ ਡਾਹ ਕੇ ਬੈਠੇ ਆ ਨਾ, ਉਹਨਾਂ ਬੰਦਿਆਂ ਨੂੰ ਰੋਟੀ ਦੇ ਕੇ ਆਉਣੀ ਆ ਜਿਹੜੇ ਪਿੱਛੋਂ ਰੋਟੀ ਦੇ ਮੁੰਤਜ਼ਰ ਬੈਠੇ ਆ, ਜਿਨ੍ਹਾਂ ਦੇ ਚੁੱਲ੍ਹਿਆਂ ਵਿੱਚ ਪਾਣੀ ਪੈ ਚੁੱਕਿਆ ਬਾਈ, ਜਿਨ੍ਹਾਂ ਦੀ ਉੱਥੇ ਰੋਟੀ ਨਹੀਂ ਪੱਕ ਸਕਦੀ, ਉਹਨਾਂ ਲੋਕਾਂ ਨੂੰ ਆਪਾਂ ਰੋਟੀ ਪਹੁੰਚਾਉਣੀ ਆ ਇਨਸ਼ਾਅੱਲਾ ਤਾਲਾ। ਮੇਰੀ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਆਪਾਂ ਸਾਰੀ ਰੈਗੂਲਰ ਚਲਾਈਏ, ਜਿੰਨੀ ਦੇਰ ਉਹ ਬੰਦੇ ਪਰੇਸ਼ਾਨੀ ਦੇ ਆਲਮ ਵਿੱਚ ਰਹਿਣ, ਇਸ ਪਰੇਸ਼ਾਨੀ 'ਚ ਰਹਿਣ, ਇਸ ਸਲਾਬ ਵਾਲੇ ਅਜ਼ਾਬ ਵਿੱਚ ਮੁਬਤਲਾ ਰਹਿਣ, ਉਨੀ ਦੇਰ ਆਪਾਂ ਉਹਨਾਂ ਨੂੰ ਰੋਟੀ ਪਹੁੰਚਾਵਾਂਗੇ। ਕੋਸ਼ਿਸ਼ ਤਾਂ ਮੇਰੀ ਇਹ ਆ ਇਨਸ਼ਾਅੱਲਾ ਤਾਲਾ, ਬਾਕੀ ਰੱਬ ਬਿਹਤਰ ਕਰੂਗਾ। ਬਾਈ ਜੀ ਮੇਰੇ ਨਾਲ ਪਾਕਿਸਤਾਨ ਦੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਓਵਰਸੀਜ਼, ਉਹਨਾਂ ਨੇ ਬੜਾ ਤਾਵਨ ਕੀਤਾ ਅਤੇ ਬਹੁਤ ਹੀ ਗਰੀਬ ਬੰਦਿਆਂ ਨੇ, ਮਜ਼ਦੂਰ ਮੁੰਡਿਆਂ ਨੇ ਜਿਹੜੇ ਸ਼ਿਫਟਾਂ ਲਾਉਂਦੇ ਆ ਬਾਈ, ਉੱਥੇ ਡਿਲੀਵਰੀ ਬੋਆਏ ਆ, ਕਿਸੇ ਨੇ 500 ਭੇਜਿਆ, ਕਿਸੇ ਨੇ 1000 ਭੇਜਿਆ, ਪਾਕਿਸਤਾਨੀ 500-1000 ਭੇਜਿਆ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਲੋਕਾਂ ਨੇ। ਆਪਣੀ ਜਿੰਨੀ ਕੋਈ ਵੇਟਰ ਆ ਬਾਈ, ਉਹਨਾਂ ਨੇ ਵੀ ਭੇਜਿਆ ਮੁੰਡੇ ਮੈਨੂੰ ਫੋਨ ਕਰਕੇ, ਜਿਹੜੇ ਦੱਸਦੇ ਆ ਵੀ ਫਲਾਨਾ ਕੰਮ ਕਰਦੇ ਵੀਰੇ ਸੀ 1000-500-2000, ਕਿਉਂਕਿ ਕਤਰੇ ਨਾਲ ਦਰਿਆ ਭਰ ਜਾਂਦਾ। ਫਿਰ ਚੜ੍ਹਦੇ ਪੰਜਾਬ ਦੇ ਪੰਜਾਬੀ ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ ਆ, ਉਹਨਾਂ ਨੇ ਵੀ ਤਾਵਨ ਕੀਤਾ ਆ। ਆਪਾਂ ਇਨਸ਼ਾਅੱਲਾ ਤਾਲਾ ਲੰਗਰ ਚਲਾਉਣਾ ਵਾ। ਇੱਕ ਬਾਬਾ ਜਿਹਨੂੰ ਮੈਂ ਸਾਈਕਲ ਲੈ ਕੇ ਦਿੱਤਾ ਸੀ, ਉਹਦੇ ਮਕਾਨ ਦੀ ਚਾਰ ਦੀਵਾਰੀ ਡਿੱਗੀ, ਉਹ ਵੀ ਇਸ ਸਾਈਡ 'ਤੇ ਰਹਿੰਦਾ ਬਾਈ, ਪੂਰੇ ਮਕਾਨ ਦੀ ਚਾਰ ਦੀਵਾਰੀ ਡਿੱਗੀ। ਮੈਨੂੰ ਉਹ ਟੱਕਰਿਆ ਕੱਲ੍ਹ ਸ਼ਹਿਰ, ਮੈਂ ਗਿਆ ਹੋਇਆ ਸੀ ਹਸਪਤਾਲ, ਉੱਥੇ ਮੈਨੂੰ ਉਹ ਬਾਹਰ ਹਸਪਤਾਲ ਦੇ ਸਾਹਮਣੇ ਟੱਕਰਿਆ, ਉਹਨੇ ਮੈਨੂੰ ਰੋਣ ਲੱਗ ਪਿਆ, ਮੈਨੂੰ ਦੱਸੀ ਆਪਣੀ ਕਹਾਣੀ। ਮੈਂ ਕਿਹਾ ਚਲੋ ਬਾਬਾ ਜੀ ਇਨਸ਼ਾਅੱਲਾ ਤਾਲਾ ਮੈਂ ਇੱਕ ਵਾਰੀ ਇਹ ਸਲਾਬ ਦੀ ਦੁਕਾਨ ਉਹਨਾਂ ਦੇ ਨਾਲ ਉੱਧਰ ਮੇਰਾ ਕਰਦਾ ਪਿਆ, ਤੁਹਾਡਾ ਵੀ ਦੇਖਦਾ ਇਨਸ਼ਾਅੱਲਾ ਤਾਲਾ। ਉਹ ਬਾਬੇ ਦਾ ਵੀ ਆਪਾਂ ਚਾਰ ਦੀਵਾਰੀ ਮਕਾਨ ਦੀ ਕਰਨੀ ਆ, ਕੋਈ ਵਾਸ਼ਰੂਮ ਵਗੈਰਾ ਉਹਨੂੰ ਸਹੀ ਤਰ੍ਹਾਂ ਬਣਾ ਕੇ ਦੇਣਾ ਆ। ਅਤੇ ਬਾਈ ਅੱਜ ਜਿਹੜੀ ਸੂਰਤ ਹਾਲ ਆ ਇਹ ਆ ਕਿ ਮੈਂ ਇੱਥੋਂ ਵਿਹਲਾ ਹੋ ਕੇ ਜਾਣਾ, ਆਪਾਂ ਉਹਨਾਂ ਨੂੰ ਰੋਟੀ ਲੈ ਕੇ ਜਾਣੀ ਆ, ਅਤੇ ਥੱਲੇ ਜਾ ਕੇ ਤੁਹਾਨੂੰ ਦੁਕਾਨਾਂ ਵਾ, ਸਬਜ਼ੀਆਂ ਵੀ ਸਸਤੀਆਂ ਹੋ ਗਈਆਂ। ਉਹਦੀ ਵਜ੍ਹਾ ਇਹ ਆ ਕਿ ਬਾਈ ਪਿੰਡਾਂ ਥਾਵਾਂ ਦੇ ਵਿੱਚ ਫੇਰੀ ਵਾਲੇ ਜਿਹੜੇ ਜਾਂਦੇ ਸੀ, ਇਹ ਜਿਹੜੇ ਰੇਹੜੀਆਂ ਵਾਲੇ ਰਕਸ਼ੇ ਵਾਲੇ ਇੱਥੋਂ ਭਰ ਭਰ ਰਕਸ਼ੇ ਲੈ ਕੇ ਜਾਂਦੇ ਸੀ ਪਿੰਡਾਂ ਥਾਵਾਂ ਦੇ ਵਿੱਚ, ਪਿੰਡ ਥਾਂ 'ਤੇ ਡੁੱਬ ਗਏ, ਇੱਧਰਲੇ ਪਿੰਡ ਠਾੜ ਦੇ ਸਾਰੇ ਪਿੰਡ ਡੁੱਬੇ ਪਏ ਆ, ਜਾਂ ਪਿੰਡਾਂ ਦੀ ਆਵਾਮ ਟੈਨਸ਼ਨ ਨਾਲ ਪਰੇਸ਼ਾਨੀ ਨਾਲ ਖਿੱਲਰ ਪਿੱਤਰ ਗਈ ਆ, ਕੋਈ ਪਾਰ ਚਲਾ ਗਿਆ ਦਰਿਆ ਦੇ, ਕੋਈ ਇੱਧਰ ਆ ਗਿਆ, ਕੋਈ ਕਿਤੇ ਚਲਾ ਗਿਆ। ਇਹ ਫੇਰੀ ਵਾਲਿਆਂ ਦੀ ਇੱਕ ਤਾਂ ਦਿਹਾੜੀ ਮਰ ਗਈ ਬਾਈ ਜੀ, ਇੱਕ ਤਾਂ ਇਹਨਾਂ ਬੰਦਿਆਂ ਦਾ ਰੋਜ਼ਗਾਰ ਬੰਦ ਹੋ ਗਿਆ ਜਿਹੜੇ ਫੇਰੀ ਕਰਦੇ ਸੀ, ਦੂਸਰਾ ਮੰਦੀ ਹੋ ਗਈ ਸਬਜ਼ੀ ਮੰਦੀ ਹੋ ਗਈ, ਮਸਾਲੇ ਮੰਦੇ ਹੋ ਗਏ, ਵਿਕਰੀ ਉਹਦੀ ਘੱਟ ਗਈ ਆ, ਜ਼ਿਮੀਦਾਰ ਨੂੰ ਨੁਕਸਾਨ ਆ। ਰਹਿੰਦਾ ਖੁੰਦਾ ਜਿਹੜਾ ਬੱਚਿਆ ਜ਼ਿਮੀਦਾਰ ਸੀਗਾ, ਕੁਛ ਪਾਣੀ ਨੇ ਰੜੋਤਾ, ਜਿਹੜਾ ਬੱਚਿਆ ਸੀਗਾ ਬਾਈ ਜੀ ਇੱਥੇ ਰੁੜ ਜੂਗਾ ਹੁਣ ਰੇਟਾਂ ਦੀ ਵਜ੍ਹਾ ਤੋਂ।